ਹੁਣ ਮਾੜਾ ਜਿਹਾ ਨਾ ਫਿਰ ਆਪਾਂ ਇੱਧਰ ਡੇਰਾ ਨਾ ਆਪਣਾ, ਫਿਰ ਆਪਣੇ ਨਾ ਪ੍ਰੇਮ ਬੜਾ ਕਰਦੇ ਆ ਅਤੇ ਇਹਨੇ ਆਵਾਜ਼ ਮਾਰ ਲਈ ਫਿਰ ਮਾਸੜ ਸਾਡੇ ਨੇ, ਆਪਣੀ ਗੱਲ ਰਹਿ ਗਈ ਵਿੱਚ ਹੀ। ਗੱਲ ਇਹ ਆ ਕਿ ਮੈਂ ਲਾ ਕੇ ਆਇਆ 10 ਸਾਲ ਇਟਲੀ, ਅਤੇ ਮੇਰਾ ਵੱਡਾ ਬ੍ਰਦਰ ਉੱਥੇ, ਉਹਨਾਂ ਦੀ ਫੈਮਿਲੀ ਉੱਥੇ ਪੀ ਆ ਰਿਹਾ ਉਹ, ਅਤੇ ਮੈਨੂੰ ਫਿਰ ਇੱਥੇ ਰਹਿਣਾ ਪੈਂਦਾ। ਸਾਡੀ ਮਦਰ ਦੇ ਕਰਕੇ ਉਹ ਠੀਕ ਨਹੀਂ ਰਹਿੰਦੇ ਇਕੱਲੇ ਆ ਨਾ, ਅਤੇ ਡੈਡੀ ਹੋਣਾਂ ਦੀ ਸਾਡੇ ਡੈਥ ਹੋ ਗਈ ਛੋਟੇ ਛੋਟੇ ਹੁੰਦੇ। ਅਤੇ ਤੁਹਾਨੂੰ ਨਾ ਸਾਰੀ ਗੱਲਬਾਤ ਦੱਸਾਂਗੇ ਇਟਲੀ ਦੇ ਪੇਪਰਾਂ ਬਾਰੇ, ਕਿ ਪੇਪਰ ਕਦੋਂ ਖੁੱਲ੍ਹਣੇ ਆ, ਕੀ ਪ੍ਰੋਸੀਜਰ ਸਾਰੇ ਪੇਪਰਾਂ ਦਾ, ਕਿੰਨੇ ਪੈਸੇ ਲੱਗਦੇ ਆ, ਅਤੇ ਕਿੱਦਾਂ ਜਾਈਦਾ, ਕੀ ਮਤਲਬ ਸਾਰਾ ਦੱਸਾਂਗੇ ਤੁਹਾਨੂੰ। ਅਤੇ ਮੇਰੇ ਵੀਰ ਜਿਹੜਾ ਏਜੰਟ ਏਜੁੰਟ ਆ ਇਹਨਾਂ ਕੋਲ ਬਚ ਕੇ ਰਹੋ, ਧਿਆਨ ਨਾ ਰਹੋ। ਜੇ ਕਿਸੇ ਕੋਲ ਵੀ ਕਰਾਉਣਾ ਕੰਮ ਆਪਣਾ ਇਟਲੀ ਦਾ, ਕੋਈ ਸੱਜਣ ਵਿਹਲੀ ਹੋਵੇ ਉੱਧਰ, ਜੇ ਤਾਂ ਤੁਹਾਨੂੰ ਯਕੀਨ ਆ ਵਿਸ਼ਵਾਸ ਆ ਕਿ ਬੰਦਾ ਸਹੀ ਆ, ਲੈ ਜੂ ਬਾਹਰ ਕੰਮ 'ਤੇ ਵੀ ਲਵਾ ਦੂ, ਕਿਉਂਕਿ ਉੱਥੇ ਕੰਮਾਂ ਦਾ ਬਹੁਤ ਮਾੜਾ ਹਾਲ ਆ। ਇਹ ਕੋਈ ਆਪਣਾ ਹੀ ਉੱਧਰ ਪੱਕਾ ਸੈੱਟ ਹੋਇਆ ਹੋਊਗਾ, ਫੈਕਟਰੀਆਂ ਫੂਟਰੀਆਂ 'ਚ ਲੱਗਾ ਹੋਵੇ ਨਾ, ਉਹੀ ਕੰਮ 'ਤੇ ਬੰਦਾ ਖੜ, ਨਹੀਂ ਤਾਂ ਉਹੀ ਲਵਾ ਸਕਦਾ। ਉੱਦਾਂ ਨਵੇਂ ਬੰਦੇ ਵਾਸਤੇ ਬਹੁਤ ਔਖਾ, ਇੱਕ ਲੈਂਗੁਏਜ ਸਿੱਖਣੀ ਪੈਂਦੀ ਡੁੱਚ, ਤੁਹਾਨੂੰ ਪਤਾ ਫਿਰ ਡੁੱਚ ਦਾ ਵੀ ਕਿੰਨਾ ਪੰਗਾ ਹੁੰਦਾ, ਹੌਲੀ ਹੌਲੀ ਆਉਂਦੀ ਆ, ਸਾਨੂੰ ਆਪ ਜਾਚ ਆਉਂਦੀ ਹੌਲੀ ਹੌਲੀ ਆਈ ਆ, ਕਿਤੇ ਜਾ ਕੇ 1-2 ਸਾਲ ਲੱਗ ਗਏ, ਹੌਲੀ ਹੌਲੀ ਥੋੜ੍ਹੀ ਥੋੜ੍ਹੀ ਸਮਝ ਆਉਣ ਲੱਗੀ। ਉਹ ਵੀ ਉਹਨਾਂ ਲੋਕਾਂ ਨਾਲ ਕੰਮ ਕਰਦੇ ਰਹੇ ਇਟਾਲੀਅਨ ਨਾਲ, ਤਾਂ ਕਰਕੇ ਸਾਨੂੰ ਸਾਰਾ ਪਤਾ ਲੱਗਦਾ ਰਿਹਾ। ਅਤੇ ਬਾਕੀ ਤੁਹਾਨੂੰ ਦੱਸਦੇ ਰਹਾਂ ਕਰਾਂਗੇ ਸਾਰੀ ਗੱਲਬਾਤ ਇਟਲੀ ਬਾਰੇ ਵੀ, ਕੀ ਹਿਸਾਬ ਕਿਤਾਬ ਇਟਲੀ ਦੇ ਪੇਪਰਾਂ ਦਾ। ਅੱਜ ਮੈਂ ਫਿਰ ਸਾਰੀ ਗੱਲਬਾਤ ਕਰਕੇ ਅਤੇ ਕੱਲ੍ਹ ਤੁਹਾਨੂੰ ਵੀਡੀਓ ਪਾਵਾਂਗੇ ਯੂਟਿਊਬ 'ਤੇ ਫਿਰ ਇਟਲੀ ਦੇ ਪੇਪਰਾਂ ਬਾਰੇ। ਅਤੇ ਮੇਰੇ ਵੀਰ ਧਿਆਨ ਨਾਲ ਰਿਹਾ ਕਰੋ, ਅਤੇ ਆਪਣਾ ਚੈਨਲ ਸਬਸਕ੍ਰਾਈਬ ਕਰਿਆ ਕਰੋ, ਵੀਡੀਓ ਪੂਰੀ ਵੇਖਿਆ ਕਰੋ। ਉਹ ਕਰਵਾ ਦੇ ਅਤੇ ਚੈਨਲ ਆਪਣਾ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਅਤੇ ਵੀਡੀਓ ਵੀਰ ਮੇਰੀ ਜ਼ਰੂਰ ਵੇਖਿਆ ਕਰੋ, ਰਿਕੁਐਸਟ ਤੁਹਾਡੀ ਗਾੜੀ। ਉੱਧਰ ਹੁਣ ਭੋਗ ਪੈਣ ਡਿਆ, ਚਾਂਦੀਆਂ ਚੂੰਦਣੀਆਂ ਲੱਗੀਆਂ, ਆਵਾਜ਼ ਆਉਂਦੀ ਨਹੀਂ ਤੁਹਾਨੂੰ ਪਾਠ ਦੀ, ਹੁਣ ਤਿਆਰ ਤਰ ਹੋ ਕੇ ਉੱਧਰ ਚੱਲੇ ਹਾਂ। ਚਲੋ ਠੀਕ ਆ ਫਿਰ ਵੀਰ ਮੇਰੇ।